ਵਾਰਦਾਤ ਹੋਈ ਕੀ ਹੋਇਆ? ਇਹ ਵਾਰਦਾਤ ਇਸ ਤਰ੍ਹਾਂ ਹੋਈ ਹੈ, ਮੁੰਡਾ ਕੋਈ ਹੈਗਾ ਸੀ, ਇਹ ਫਾਈਨਾਂਸ ਕਰਦੇ ਆ ਜੇ ਲੋਨ ਲੋਨ ਦੇਣਾ 30,000, ਉਹਦੇ 'ਚੋਂ ਕਿਸ਼ਤਾਂ ਇਕੱਠੀਆਂ ਕਰਦਾ ਸੀ ਇਹ ਮੁੰਡਾ। ਇਹ ਕਿਸ਼ਤਾਂ ਇਕੱਠੀਆਂ ਕਰਕੇ ਤਾਂ ਪਿੰਡ ਨਾਇਕ ਹੈਗਾ ਲੱਖੇ ਤੋਂ ਅੱਗੇ, ਉੱਥੋਂ ਕਿਸ਼ਤਾਂ ਇਕੱਠੀਆਂ ਕਰ ਤਿਆਰ ਸੀ, ਅਤੇ ਉਦੋਂ ਮੁੰਡਾ ਸਾਨੂੰ ਸੱਟ ਲੱਗੀ ਤਾਂ ਉਹਨੇ ਆਪ ਹੀ ਦੱਸਿਆ ਮੇਰੇ ਨਾਲ ਵਾਰਦਾਤ ਹੋਈ ਹੈ। ਉਹ ਵਾਰਦਾਤ ਦੱਸਦਾ ਸੀ ਮੇਰੇ ਪਿੱਛੇ ਰਾੜ ਵੱਜੀ ਹੈ ਸਿਰ 'ਤੇ, ਰਾੜ ਵੱਜਣ ਨਾਲ ਉਹ ਬੋਂਦਲ ਕੇ ਮੁੰਡਾ ਡਿੱਗ ਪਿਆ। ਉਹਦੇ ਕਿੱਟ ਦੇ ਵਿੱਚ ਹੀ ਪੈਸੇ ਹੈਗੇ, ਜੋ 50-60 ਹਜ਼ਾਰ ਰੁਪਈਆ ਹੈਗਾ ਉਹਨੂੰ ਕਿੱਟ ਦੇ ਵਿੱਚ ਹੀ ਪੈਸੇ ਹੈਗੇ, ਅਤੇ ਉਹ ਲੈ ਚੁੱਕਿਆ ਉਹਨੇ ਕੋਲ, ਖੋ ਕੇ ਲੈ ਗਿਆ ਅਤੇ ਇੱਧਰ ਪਿੰਡ ਨੂੰ ਚਲੇ ਗਿਆ। ਅੱਗੇ ਵੀ ਇੱਥੇ 2-3-4 ਜਾਣ ਹੋ ਚੁੱਕਿਆ ਜੀ। ਦਿਨ ਦਿਹਾੜੇ ਹੁੰਦੀ ਹੈ? ਹਾਂਜੀ, ਦਿਨ ਦਿਹਾੜੇ ਜੀ। ਪੁਲਿਸ ਆਉਂਦੀ ਹੈ, ਕਾਰਵਾਈ ਕਰ ਜਾਂਦੀ ਹੈ, ਬਾਕੀ ਅੱਗੇ ਕੋਈ ਪਤਾ ਨਹੀਂ ਲੱਗਦਾ। ਹਾਂ, ਪੁਲਿਸ ਆਉਂਦੀ, ਡਰ ਤਾਂ ਹੈਗਾ, ਨਸ਼ੇ ਦੇ ਪਿੱਛੇ ਸਭ ਕਰਦੇ ਆ, ਨਸ਼ਾ ਹੀ ਇੱਥੇ ਚੱਲ ਰਿਹਾ ਸਾਰਾ ਕੁਛ ਜੀ। ਨਹੀਂ, ਡਰ ਕਾਹਦੇ ਨਾਲ, ਪਤਾ ਨਹੀਂ ਕੀ ਚੱਕਰ ਬਣਿਆ, ਹੱਥ ਵਾਲੇ ਹੋ ਗਏ, ਕੀ ਹੁੰਦਾ ਕੀ ਨਹੀਂ ਹੁੰਦਾ, ਇਹਨਾਂ ਦਾ ਕੰਮ ਇਹੀ ਚੱਲੇ ਜਾਂਦੇ ਸਾਰੇ। ਸ਼ਰੇਆਮ ਹੁੰਦੀਆਂ ਜੀ ਵਾਰਦਾਤਾਂ। ਹਾਂਜੀ ਹਾਂਜੀ, ਦਿੰਦੇ ਆ ਜੀ। ਸਰਕਾਰ ਨਾਮ ਦੀ ਆਈ, ਸਰਕਾਰ ਕੁਛ ਕਰੇ ਤਾਂ ਤਾਂ ਹੀ ਹੈ ਨਾ, ਨਾ ਦੀ ਸਰਕਾਰ ਹੈਗੀ ਜੀ। ਬਦਲਾਵ ਆਇਆ, ਬਦਲਾਵ ਆ ਗਿਆ ਜੀ, ਦਿਨ ਟੁੱਟ ਲੁੱਟ ਖਵਾਉਂਦੀਆਂ ਪਈਆਂ ਜੀ, ਬਦਲਾਵ ਇਹੀ ਆਇਆ ਜੀ, ਹੋਰ ਤਾਂ ਬਦਲਾਵ ਆਇਆ ਕੋਈ ਨਹੀਂ। ਹਾਂ, ਲੈ ਤਾਂ ਪੈਣਾ ਇੰਨੇ ਤਾਂ ਸਾਨੂੰ, ਹੁਣ ਹੁਣ ਲੱਗਦਾ ਪਤਾ ਅੱਗੇ ਕੀ ਬੰਦ ਹੋਏ, ਹੁਣ ਤਾਂ ਜ਼ਿਆਦਾ ਸੱਟ ਲੱਗ ਗਏ ਤਾਂ ਹਲੂ ਜਾਣ ਤੋਂ ਵੀ ਗਿਆ ਸੀ ਮੁੰਡਾ, ਹੁਣ ਵੇਖੋ ਅਜੇ ਬਚੇ ਤਾਂ ਵੀ ਕਿ ਨਹੀਂ, ਕੋਈ ਚਾਂਸ ਹੈਗਾ ਕਿ ਨਹੀਂ ਅਜੇ ਗਏ, ਹੁਣ ਲੱਗਦਾ ਪਤਾ ਹੁੰਦਾ। ਹੁਣ ਪ੍ਰਸ਼ਾਸਨ ਆਇਆ, ਹੁਣ ਵੇਖੋ ਜੋ ਅੱਗੇ ਕਾਰਵਾਈ, ਕੈਮਰੇ ਚੈੱਕ ਕਰਦੇ ਫਿਰਦੇ, ਹੁਣ ਵੇਖੋ ਕਾਰਵਾਈ ਕਿੱਥੋਂ ਤੀਕਣ ਕਰਦੇ ਅੱਗੇ, ਹੁਣ ਇਸ ਤੋਂ ਬਾਅਦ ਲੱਗੂਗਾ ਪਤਾ ਕੀ ਕਰਦੇ ਆ, 4 ਦਿਨ ਕਰਦੇ, 2 ਦਿਨ ਕਰਦੇ, ਉਦੋਂ ਬਾਅਦ ਠੱਪ ਕੰਮ। ਅੱਗੇ ਵੀ ਇੱਦਾਂ ਹੀ ਹੁੰਦਾ ਹੈ, ਅੱਗੇ ਵਾਰਦਾਤਾਂ ਜਿੰਨੀਆਂ ਹੁੰਦੀਆਂ, ਸਰਕਾਰ ਆਉਂਦੀ ਸੀ ਮੌਕੇ 'ਤੇ, ਉਦੋਂ ਬਾਅਦ ਬਸ ਇੱਕ ਦਿਹਾੜੀ ਆਉਂਦੇ, 2 ਆਉਂਦੇ, ਬਸ ਚਲੇ ਗਏ। ਪਿੱਛੇ ਵੀ ਇਹੀ ਕਾਮਯਾਬ, ਹੁਣੇ ਜਿਹਾ ਇੱਕ ਮੁੰਡੇ ਕੋਲ ਮੋਟਰਸਾਈਕਲ ਖੋ ਕੇ ਲੈ ਗਿਆ 3-4 ਦਿਨ, ਉਹ ਵਿਚਾਰਾ ਗਿਆ ਹੀ ਨਹੀਂ ਕਿਸੇ ਪਤਾ। ਵਾਰਦਾਤ ਲਗਾਤਾਰ ਹੋ ਹੀ ਜਾਂਦੀ ਹੈ, ਦੂਜੇ ਤੀਜੇ ਦਿਨ ਵੀ। ਹਾਂਜੀ ਹਾਂਜੀ, ਹੁੰਦੀਆਂ ਰਹਿੰਦੀਆਂ ਵਾਰਦਾਤ, ਹੁੰਦੀਆਂ ਰਹਿੰਦੀਆਂ, ਇੱਥੇ ਨਹੀਂ ਹੋਈ ਤਾਂ ਅੱਗੇ ਪਿੱਛੇ ਹੋਰ ਇਲਾਕੇ 'ਚ ਹੋ ਜਾਵੇ, ਨੇੜੇ ਤੇੜੇ ਪਿੰਡਾਂ 'ਚ। ਹਾਂਜੀ, ਹਾਂਜੀ, ਮੰਗ ਕਰਦੇ, ਲੁੱਟਾਂ ਖੋ ਰੋਕੀਆਂ ਜਾਣ ਚਾਹੀਦੀਆਂ ਨੇ, ਪੁਲਿਸ ਪੈਰਾ ਮੌਕੇ 'ਤੇ ਕਿੱਥੇ ਆ ਸਕਦੇ, ਹੁਣ ਵੇਖੋ ਸ਼ਾਇਦ ਕੀ ਬਣਦਾ ਇਹਨਾਂ ਦਾ। ਕੀ ਗੱਲ ਬਣੀ ਹੈ ਜੀ? ਆਪਣੇ ਨਾ ਜੀ, ਮੈਂ ਜਾ ਰਿਹਾ ਜੀ ਮੋਟਰਸਾਈਕਲ, ਕਿਸ਼ਤਾਂ ਦਾ ਕੰਮ ਆਪਣਾ ਰਿਕਵਰੀ ਕਰਦੇ ਹਾਂ ਭਾਰਤ ਫਾਈਨਾਂਸ ਕੰਪਨੀ ਤੋਂ। ਪਿੱਛੋਂ ਦੋ ਜਣੇ ਆਏ ਮੋਟਰਸਾਈਕਲ, ਮਾਰੀ ਜੀ ਪੈਸੇ ਪੂਸੇ ਵੀ? ਹਾਂਜੀ, ਪੈਸੇ ਸੀਗੇ ਕੋਲ, ਪੈਰ ਮਾਰੀ ਤਾਂ ਮੈਂ ਡਿੱਗ ਪਿਆ ਜੀ ਮੋਟਰਸਾਈਕਲ, ਵਾਪਸ ਆ ਕੇ ਅੱਗੋਂ ਕੈਂਟ ਲੈ ਕੇ ਖੋਲ੍ਹੇ। ਕਿੰਨੇ ਪੈਸੇ? 50-60 ਹਜ਼ਾਰ ਦੇ। ਕਿੰਨੇ ਹੋਏ? ਕਿਹੜੇ ਬੈਂਕ ਤੋਂ? ਭਾਰਤ ਫਾਈਨਾਂਸ ਬੈਂਕ ਤੋਂ ਜੀ। ਲੋਨ ਨਹੀਂ ਕਰਦੇ ਪਿੰਡਾਂ ਜਿਹੜਾ ਉਹਨਾਂ ਚੱਲ। ਕੀ ਨਾਮ ਹੈ ਤੁਹਾਡਾ? ਸਤਵੀਰ ਸਿੰਘ ਜੀ। ਵਾਰਦਾਤ ਹੋਈ ਹੈ, ਤੁਸੀਂ ਕੀ ਕਹਿਣਾ ਚਾਹੋਗੇ? ਦਿਨ ਦਿਹਾੜੇ ਵਾਰਦਾਤ ਹੋਈ, 2 ਵਜੇ ਦਾ ਟਾਈਮ ਹੈ, ਵਿਚਾਰਾ ਕੋ ਪੈਸੇ ਲੈ ਤਾਂ ਚੱਲਾ ਸੀ, ਉਹਦੇ ਸਿਰ 'ਚ ਰਾੜ ਮਾਰੀ ਨੇ ਤਾਂ ਖੋ ਕੇ ਲੈ ਗਏ, ਅਤੇ ਪਿੱਛੇ ਆਉਂਦੇ ਪਏ ਅਸੀਂ ਤੁਰਨਾ ਆ ਕੇ ਉਹਨੂੰ ਚੁੱਕ ਤੇ ਪਾਸੇ ਕੀਤਾ। ਹਾਂ ਹਾਂ, ਮੂੰਹ ਬੰਨੇ ਸੀ, ਕੈਮਰੇ ਜਿੱਥੇ ਚੈੱਕ ਕੀਤੇ ਨੇ ਉੱਥੇ ਮੂੰਹ ਨੇ ਬੰਨ ਲਿਆ ਰੰਬਾਲ, ਅਤੇ ਪਤਾ ਹੀ ਨਹੀਂ ਲੱਗਾ। ਅੱਜ 3 ਦਿਨ ਹੋ ਗਏ ਨੇ ਮੇਰੇ ਦਿਓਰ ਦੇ ਘਰੇ ਵੀ ਚੋਰੀ ਹੋਈ ਹੈ। ਹਾਂ, ਕੋਈ ਪੁਲਿਸ ਵਾਰ ਕੁਛ ਨਹੀਂ ਕਰਦੇ, ਕੁਛ ਵੀ ਨਹੀਂ ਕਰਦੇ ਪੁਲਿਸ ਵਾਲੇ ਵੀ। ਹਾਂ ਹਾਂ, ਅਤੇ ਹੁਣ ਜਿੰਦਾ 50-60 ਹਜ਼ਾਰ ਰੁਪਈਆ ਖੋ ਲਿਆ ਨੇ, ਉਹ ਤਾਂ ਚਾਰਾ ਮਰੀਜ ਗਿਆ ਥਾਂ 'ਤੇ। ਜੇ ਹੁਣ ਵੀ ਨਾ ਕੋਈ ਕਾਰਵਾਈ ਹੋਵੇ ਤਾਂ ਫਿਰ ਦੁਨੀਆਂ 'ਚ ਜਿਉਂਦੇ ਨੇ ਮਾਰਦੇ ਆਉਂਦੇ ਲੋਕ। ਹਾਂ, ਸ਼ਰੇਆਮ ਲੁੱਟਾਂ ਦੇ ਘਰਾਂ 'ਚ ਵੜ ਗਏ ਨੇ। ਹਾਂ, ਸਾਡੇ ਘਰਾਂ 'ਚ ਵੜ ਗਏ ਨੇ, ਉਦੋਂ ਦੁਪਹਿਰ ਵੇਲੇ 'ਤੇ ਕੱਢ ਲ ਗਏ ਪੈਸੇ। ਹੋਰ ਜੇ ਪੁਲਿਸ ਦੀ ਢਿੱਲੀ ਕਾਰ ਹੈ, ਜੇ ਪੁਲਿਸ ਪਿੱਛਾਵਾਰੀ ਕਰੇ ਤਾਂ ਕਿਉਂ ਚੋਰੀਆਂ ਹੋਣ? ਇਹ ਕੁਛ ਨਹੀਂ ਕਰਦੇ। ਦਿਨ ਦਿਹਾੜੇ ਲੁੱਟ ਹੋਈ ਸੀ, ਸਾਨੂੰ ਇਤਲਾਹ ਮਿਲੀ ਸੀ ਕਿ ਵੀ ਇੱਥੇ ਕਿਸੇ ਮੋਟਰਸਾਈਕਲ ਸਵਾਰ ਨਾਲ ਸਨੈਚਿੰਗ ਹੋਈ ਆ, ਜਿਸ ਬੰਦੇ ਅਸੀਂ ਇੱਥੇ ਪਹੁੰਚੇ ਹਾਂ, ਪਹਿਲਾਂ ਉਹਨੂੰ ਜਿਹੜਾ ਪੀੜਤ ਉਹਨੂੰ ਮਿਲੇ ਹਾਂ, ਹੁਣ ਅਸੀਂ ਕੈਮਰੇ ਵਗੈਰਾ ਚੈੱਕ ਕਰ ਰਹੇ ਹਾਂ, ਇੱਕ ਮੋਟਰਸਾਈਕਲ ਦਿਖਾਈ ਦੇ ਰਿਹਾ ਉਹਦੇ ਵਿੱਚ, ਅਤੇ 2 ਵਿਅਕਤੀ ਦਿਖਾਈ ਦੇ ਰਹੇ ਆ ਜਿਹਨਾਂ ਨੂੰ ਪੜਤਾਲ ਕਰਕੇ ਗ੍ਰਿਫਤਾਰ ਕੀਤਾ ਗਿਆ। ਕਿੰਨੀ ਲੁੱਟ ਹੋਈ ਸਰ? 50 ਹਜ਼ਾਰ ਦੇ ਕਰੀਬ। ਕੀ ਮਾਰਿਆ ਇਹਨਾਂ ਦੇ? ਉਹਦੇ ਕਹਿਣ ਮੁਤਾਬਕ ਉਹਦੇ ਸਿਰ ਵਿੱਚ ਕੋਈ ਰੋਡ ਵਗੈਰਾ ਮਾਰੀ ਹੈ, ਪਾਈਪ ਵਗੈਰਾ। YouTube channel News DNN by clicking the bell icon. Don't forget to like, comment and share.